ਤੁਹਾਡੀ ਗਵਾਹੀ ਤਾਂ ਬਹੁਤ ਤਗੜੀ ਗਵਾਹੀ ਆ, ਇਹਨਾਂ ਨੂੰ ਕ੍ਰਿਸਮਸ 'ਤੇ ਅੱਗੇ ਆਏ ਸੀਗੇ ਇਹ, ਤੁਹਾਨੂੰ ਚਿਹਰਾ ਯਾਦ ਸਾਰਿਆਂ ਨੂੰ? ਓਕੇ, ਸਭਸੇ ਪਹਿਲੇ ਇਨਕੀ ਵਹੀ ਵੀਡੀਓ ਪਲੇ ਕਰਤੇ ਹੈ, ਜੋ ਵੀਡੀਓ ਇਨਕੀ ਹੈ ਹਮਾਰੇ ਪਾਸ। ਤੁਸੀਂ ਬ੍ਰਦਰ ਆ, ਤੁਸੀਂ ਇੱਥੇ ਮੌਜੂਦ ਆ, ਜੋ ਵੀ ਗੱਲ ਮੈਂ ਇਸ ਪੁਲਪਟ ਤੋਂ ਖੜ ਕੇ ਬੋਲਣੀ ਆ, ਅਗਰ ਤੁਹਾਡੇ ਲਈ ਆ, ਤੁਹਾਡਾ ਫਰਜ਼ ਬਣਦਾ, ਤੁਸੀਂ ਅੱਗੇ ਆਣਾ। ਜੇ ਤੁਸੀਂ ਅੱਗੇ ਆਓਗੇ ਤਾਂ ਮੈਂ ਸਪੈਸ਼ਲ ਪ੍ਰੇਅਰ ਕਰੂੰਗਾ, ਐਂਡ ਮੈਂ ਬਿਲੀਵ ਕਰਦਾ ਤੁਹਾਡੀ ਲਾਈਫ ਸੇਮ ਨਹੀਂ ਰਹੋਗੀ ਉਸ ਤੋਂ ਬਾਅਦ। ਤੁਸੀਂ ਇੱਥੇ ਮੌਜੂਦ, ਤੁਹਾਨੂੰ ਕੈਨੇਡਾ ਵਧੀਆ ਨਹੀਂ ਲੱਗਦਾ? ਬਹੁਤ ਸਾਰੇ ਲੋਕ ਕਹਿੰਦੇ ਕੈਨੇਡਾ ਇਜ਼ ਵੈਰੀ ਗੁੱਡ, ਬਟ ਤੁਸੀਂ ਕਹਿੰਦੇ ਯਾਰ ਆਈ ਡੋਨਟ ਵਾਂਟ ਟੂ ਬੀ ਹੇਅਰ ਐਨੀ ਮੋਰ, ਬਟ ਤੁਸੀਂ ਮਜਬੂਰੀਆਂ ਕਰਕੇ ਇੱਥੇ ਰੁਕੇ ਆ, ਪਤਾ ਤੁਹਾਡਾ ਦਿਲ ਨਹੀਂ ਲੱਗਦਾ, ਯੂ ਆਰ ਸੋ ਫੈਡ ਅਪ। ਤੁਸੀਂ ਇੱਥੇ ਮੌਜੂਦ ਆ, ਅੱਜ ਤੁਹਾਨੂੰ ਫ੍ਰੀ ਕਰਨ ਜਾ ਰਿਹਾ ਹਾਂ 15 ਤੋਂ ਯਿਸੂ ਮਸੀਹ ਨਾਮ ਦੇ ਵਿੱਚ। ਜੋ ਬੋਝ, ਜੋ ਸ਼ੈਤਾਨੀ ਹੈ, ਜੋ ਸਰੀਰਕ ਹੈ, ਅੱਜ ਤੋਂ ਤੁਸੀਂ ਫ੍ਰੀ ਆਉਣਾ ਯਿਸੂ ਮਸੀਹ ਨਾਮ ਦੇ ਵਿੱਚ। ਇਹ ਤੁਹਾਡੀ ਪ੍ਰੋਫੈਸੀ ਸੀਗੀ, ਹਾਂਜੀ, ਉਸ ਤੋਂ ਬਾਅਦ ਤੁਸੀਂ ਅੱਗੇ ਆਏ ਸੀਗੇ, ਹਾਂਜੀ। ਹਾਂ, ਮਾੜਿਆ ਪਲੇ ਕਰੋ ਵੀਡੀਓ। ਤੁਸੀਂ ਪ੍ਰੋਫੈਸੀ ਕੀਤੀ ਸੀਗੀ, ਤੁਸੀਂ ਕਿਹਾ ਕਿ ਇੱਥੇ ਇੱਕ ਮੈਂ ਬ੍ਰਦਰ ਨੂੰ ਦੇਖ ਰਿਹਾ, ਉਹ ਇੱਥੇ ਮੌਜੂਦ ਆ, ਔਰ ਉਹਨੂੰ ਕੈਨੇਡਾ ਛੱਡਣਾ ਚਾਹੁੰਦਾ, ਉਹਨੂੰ ਕੈਨੇਡਾ ਪਸੰਦ ਨਹੀਂ ਆ ਰਿਹਾ। ਇਹ ਬ੍ਰਦਰ ਦਾ ਨਾਮ ਅਮਰਜੀਤ ਆ, ਔਰ ਇਹ ਦੱਸਦੇ 1996 ਤੋਂ ਇਹ ਬਾਹਰ ਹੀ ਰਹੇ ਆ, ਇਹ ਹੁਣੇ ਕੈਨੇਡਾ ਆਏ ਆ, ਔਰ ਇਹਨਾਂ ਦਾ ਕੈਨੇਡਾ ਵਿੱਚ ਦਿਲ ਨਹੀਂ ਲੱਗਿਆ, ਆਪਣੀ ਫੈਮਿਲੀ ਨਾਲ ਵੀ ਲੜ ਰਿਹਾ ਕਿ ਮੈਂ ਵਾਪਸ ਜਾਣਾ ਚਾਹੁੰਦਾ, ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਕੋਈ ਗੱਲ ਨਹੀਂ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਅੱਜ ਤੋਂ ਮਿਲੂਗੀ, ਤੁਹਾਡਾ ਦਿਲ ਲੱਗੂਗਾ ਇੱਥੇ। ਤੁਸੀਂ ਕੀ ਚਾਹੁੰਦੇ ਆ? ਮੈਂ ਜੀ ਇਹ ਚਾਹੁੰਦਾ ਕਿ ਮੈਂ 96 ਤੋਂ ਬਾਅਦ, ਪਹਿਲਾਂ ਦੋਹਾ ਕਤਰ, ਬਾਅਦ ਦੇ ਵਿੱਚ ਸਾਊਦੀ ਅਰਬ, ਉੱਥੇ ਰਿਹਾ, ਤੇ ਉੱਥੇ ਮੇਰਾ ਕੰਮ ਕਾਰ ਜਾਣੀ ਬਹੁਤ ਵਧੀਆ ਹੁੰਦਾ ਸੀ। ਕੈਨੇਡਾ ਉੱਥੇ ਨਾਲੋਂ ਵਧੀਆ ਨਹੀਂ ਆ? ਕੰਮ ਕਾਰ ਵਧੀਆ ਹੁੰਦਾ ਸੀ, ਇੱਥੇ ਮੈਂ ਲੋਕਾਂ ਦੀਆਂ ਮਿਹਨਤਾਂ ਕਰਦਾ, ਮੈਨੂੰ ਕੰਮ 'ਤੇ ਰੱਖ ਲਓ, ਕੰਮ 'ਤੇ ਰੱਖ। ਓਕੇ, ਰਿਸੀਵ। ਉੱਥੇ ਮੈਂ ਲੋਕਾਂ ਤੋਂ ਕੰਮ ਕਰਵਾਉਂਦਾ ਸੀ, ਨੋਟਾਂ ਨਾਲ ਜੇਬਾਂ ਮੇਰੀਆਂ ਭਰੀਆਂ ਰਹੀਆਂ। ਤੁਹਾਡੇ ਆਪਣੇ ਕੰਮ ਸਟਾਰਟ ਹੋ ਗਏ ਇੱਥੋਂ? ਤੁਹਾਡੀ ਨੋਰਮਲ ਹੈ ਇਹ ਗੱਲ, ਤੁਹਾਡੀ ਨੋਰਮਲ ਹੈ ਚੀਜ਼, ਇੱਕ ਲੇ ਐਂਡ ਹੁੰਦਾ, ਫਿਰ ਸੁਣਦੇ ਆਪਾਂ ਕੀ ਹੋਇਆ। ਓਕੇ ਚਲੋ, ਫਿਰ ਕੀ ਹੋਇਆ ਇਸ ਤੋਂ ਬਾਅਦ? ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਜੈਮਸੀ ਦੀ, ਹਾਂਜੀ ਜੈਮਸੀ ਦੀ। ਮੈਂ ਜਾਣੀ 90 ਇੱਥੇ ਜਦੋਂ ਜੁਲਾਈ 18 ਨੂੰ ਕੈਨੇਡਾ ਵਿੱਚ ਆਇਆ ਸੀ। ਅੱਛਾ ਜੀ। ਸਾਊਦੀ ਛੱਡ ਕੇ ਮੈਂ ਇੰਡੀਆ ਗਿਆ ਸੀ, 5 ਮਹੀਨੇ ਇੰਡੀਆ ਰੁਕਿਆ ਮੈਂ। ਉਸ ਤੋਂ ਬਾਅਦ ਮੈਂ 18 ਜੁਲਾਈ 2023 ਦੇ ਵਿੱਚ ਕੈਨੇਡਾ ਆ ਗਿਆ। ਕੈਨੇਡਾ ਆਉਣ ਤੋਂ ਬਾਅਦ ਮੈਂ ਤਕਰੀਬਨ 4-5 ਮਹੀਨੇ ਤੱਕ ਵਿਹਲਾ ਰਿਹਾ। ਮੈਂ ਬਹੁਤ ਬੰਦਿਆਂ ਨੂੰ ਇੱਥੇ ਫੋਨ ਕੀਤਾ ਵੀ ਮੈਨੂੰ ਕਿਤੇ ਕੰਮ ਹੈ ਤਾਂ ਦੱਸੋ, ਜਾਣੀ ਮੈਂ ਵਿਹਲਾ ਸ਼ੁਰੂ ਤੋਂ ਨਹੀਂ ਰਿਹਾ ਸੀ, ਮੈਂ ਵਿਹਲਾ ਰਹਿਣਾ ਮੇਰੀ ਬਹੁਤ ਮੁਸੀਬਤ ਸੀ। ਮੈਂ ਵਿਹਲਾ ਨਹੀਂ ਰਿਹਾ ਸਕਦਾ ਜੀ, ਘਰ ਵੀ ਇਹ ਹੁੰਦਾ ਇਹ ਘਰ ਅਤੇ ਜਾਂ ਪਾਰਕ ਵਿੱਚ ਟਾਈਮ ਪਾਸ ਕਰਦਾ, ਜਿਹੜਾ ਬੰਦਾ ਮੈਨੂੰ ਬਾਹਰ ਟੱਕਰਦਾ ਮੈਂ ਹਰ ਇੱਕ ਨੂੰ ਕਹਿੰਦਾ ਸੀ ਵੀ ਕਿਤੇ ਕੰਮ ਮੈਨੂੰ ਦੱਸ ਦਿਉ। ਇਹੀ ਲੋਕ ਕਹਿੰਦੇ ਸੀ, ਰਾਹ ਟੱਕਰਦੇ ਨੂੰ ਲੋਕਾਂ ਨੂੰ ਵੀ ਕੰਮ ਪੁੱਛਦੇ ਸੀਗੇ। ਮੈਂ ਬਹੁਤ ਟਰਾਈ ਕੀਤੀ, ਬਹੁਤ ਟਰਾਈ। ਓ ਮਾਈ ਗੋਡ, ਅੱਛਾ। ਅਤੇ ਜੋ ਮੇਰੇ ਮਤਲਬ ਫਰੈਂਡ ਵੀ ਆ ਜਾਂ ਯੂਕੇ ਦੇ ਵਿੱਚ ਆਸਟ੍ਰੇਲੀਆ ਵਿੱਚ, ਉਹਨਾਂ ਨੂੰ ਵੀ ਪੁੱਛਦਾ ਵੀ ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਜਾਂ ਕੋਈ ਹੋਰ ਬੰਦਾ ਤਾਂ ਮੈਨੂੰ ਨੰਬਰ ਦਿਓ, ਕੰਮ ਦਵਾ ਦੇ। ਮੈਂ ਕਹਾਂ ਹਾਂ, ਤੇ ਕਿਸੇ ਨੇ ਜਾਣੀ ਮੇਰੀ ਬਾਹ ਨਹੀਂ ਫੜੀ। ਮੇਰੇ ਬਾਈ ਕੇ ਮਤਲਬ ਪਿੰਡ ਦੇ ਬੰਦੇ ਵੀ, ਅੱਧਾ ਮੇਰਾ ਪਿੰਡ ਇੱਥੇ ਕਾਲੇ ਬੱਕਰੇ ਦਾ ਆ। ਅੱਛਾ ਜੀ। ਉੱਥੇ ਮੈਨੂੰ, ਮੈਂ ਮਤਲਬ ਪਹਿਲਾਂ ਗੱਲਬਾਤ ਹੁੰਦੀ ਸੀ ਉਹਨਾਂ ਸਾਰਿਆਂ ਦੇ ਨਾਲ, ਅਤੇ ਉਹ ਮੈਨੂੰ ਇਹ ਕਹਿੰਦੇ ਸੀ ਅਮਰ ਜੀ ਤੂੰ ਏਅਰਪੋਰਟ 'ਤੇ ਆ ਜਾ, ਤੈਨੂੰ ਏਅਰਪੋਰਟ ਤੋਂ ਅਸੀਂ ਕੰਮ ਦਵਾ ਦਾਂਗੇ। ਅੱਛਾ, ਹਾਂਜੀ। ਤੁਹਾਨੂੰ ਕੋਈ ਟੈਨਸ਼ਨ ਤਾਂ ਨਹੀਂ ਜੇ ਸੁਣਦੇ ਵੀ ਹੁੰਦੇ? ਹਾਂਜੀ, ਕੋਈ ਟੈਨਸ਼ਨ ਨਹੀਂ, ਨਹੀਂ ਖਾਲੀ ਵਾਲੀ ਕੋਈ ਨਹੀਂ। ਕੀ ਕਹਿੰਦਾ? ਖਲੀ ਖਲੀ ਬਲੀ, ਇਹਨਾਂ ਦਾ ਦੁਬਈ ਸੁਣ ਗਿਆ, ਉੱਥੇ ਖਲੀ ਬਲੀ ਕਹਿੰਦੇ ਬੋਝ।
ਅੱਛਾ ਉਹਨਾਂ ਨੇ ਤੁਹਾਨੂੰ ਇੰਨਾ ਕਿਹਾ ਕਿ ਕੰਮ ਦਵਾਵਾਂਗੇ? ਉਹ ਕਹਿੰਦੇ ਸੀ ਵੀ ਏਅਰਪੋਰਟ 'ਤੇ ਆ ਜਾ, ਤੈਨੂੰ ਏਅਰਪੋਰਟ ਤੋਂ ਕੰਮ ਮਿਲ ਜਾਊਗਾ। ਅੱਛਾ, ਮੈਂ ਕਿਹਾ ਨੋ ਟੈਨਸ਼ਨ, ਮੈਂ ਆ ਜਾਂਦਾ ਕੋਈ ਗੱਲ। ਬਾਅਦ ਆਉਣ ਤੋਂ ਬਾਅਦ ਮੈਨੂੰ ਇੱਥੇ ਕਿਸੇ ਨੇ ਫੋਨ ਤੱਕ ਨਹੀਂ ਕੀਤਾ, ਬਲਕਿ ਮੈਂ ਆਪ ਫੋਨ ਕਰਦਾ ਰਹਾਂ। ਅੱਛਾ ਜੀ, ਕਿਸੇ ਨੇ ਇੱਥੇ ਫੋਨ? ਉਹਨਾਂ ਨੇ ਫੋਨ ਕੀਤਾ, ਭਾਰੀ ਯੱਸੂ ਨੇ ਫੋਨ ਕਰ ਲਿਆ ਤੁਹਾਨੂੰ। ਹਾਂਜੀ, ਫਿਰ ਕੀ ਹੋਇਆ? 4-5 ਮਹੀਨੇ ਦੇ ਬਾਅਦ ਦੇ ਵਿੱਚ ਕ੍ਰਿਸਮਸ ਵਾਲੇ ਦਿਨ, ਹਾਂਜੀ, ਮੈਂ ਮੌਜੂਦ ਸੀਗਾ। ਫਿਰ ਤੁਸੀਂ ਫਰਵੈਸੀ ਕੀਤੀ ਸੀ ਕਿ ਇੱਥੇ ਇੱਕ ਭਰਾ ਮੌਜੂਦ ਆ, ਹਾਂਜੀ, ਵੀ ਜਿਹੜਾ ਕਹਿੰਦਾ ਵੀ ਮੈਨੂੰ ਕੈਨੇਡਾ ਚੰਗਾ ਲੱਗਦਾ, ਮੈਂ ਕੈਨੇਡਾ ਛੱਡ ਕੇ ਇੰਡੀਆ ਜਾਂ ਜਿੱਥੋਂ ਆਇਆ ਉੱਥੇ ਜਾਣਾ ਚਾਹੁੰਦਾ। ਫਿਰ ਬਾਅਦ ਦੇ ਵਿੱਚ ਮੈਂ ਅੱਗੇ ਆ ਗਿਆ ਸੀ ਤਾਂ ਤੁਸੀਂ ਮੇਰੇ ਲਈ ਪ੍ਰੇਅਰ ਕੀਤੀ ਸੀ, ਅਤੇ ਤੁਸੀਂ ਕਿਹਾ ਸੀ ਬਈ ਅੱਜ ਤੋਂ ਬਾਅਦ ਤੂੰ ਮੰਨ ਲਓ ਫ੍ਰੀ ਨਹੀਂ ਬੈਠੂਗਾ। ਉਸ ਤੋਂ ਬਾਅਦ ਫਿਰ ਬਸ ਜੀਸੂ ਦੀ ਬੱਲੇ ਬੱਲੇ ਆ। ਮੁਝੇ ਇਸ ਬਾਤ ਕੀ ਹੈਰਾਨੀ ਹੈ, ਐਤਵਾਰ ਦੀ ਵੀ ਮੈਂ ਛੁੱਟੀ ਬਹੁਤ ਮੁਸ਼ਕਲ, ਅੱਜ ਵੀ ਸਵੇਰੇ ਫੋਨ ਮੁੰਡਿਆਂ ਨੂੰ ਮੈਂ ਗੱਲਬਾਤ ਕਰਕੇ ਛੁੱਟੀ ਲੈ ਕੇ ਇੱਥੇ ਆਇਆ, ਛੁੱਟੀ ਕਰਨੀ ਆ। ਤੁਹਾਨੂੰ ਪਤਾ ਵੀ ਇੱਥੇ ਮੈਂ ਮੌਜੂਦ, ਦੇਖੋ ਇਤਨਾ ਕੰਮ ਹੈ ਕਿ ਉਹ ਸੰਡੇ ਕੋ ਵੀ ਬੁਲਾ ਰਹੇ ਹੈ ਅਭੀ। ਨੋਰਮਲ ਹੈ ਯੇ, ਜਿਸਕੇ ਲੀਏ ਨੋਰਮਲ ਆਪਣਾ ਹੱਥ ਦਿਖਾਓ। ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਸੀਂ ਪ੍ਰਭੂ 'ਚ, ਤੁਸੀਂ ਪ੍ਰਭੂ, ਤੁਹਾਡੇ ਬੱਚੇ ਚਰਚ ਆਉਂਦੇ ਸੀ ਨਾ? ਹਾਂਜੀ। ਤੇ ਤੁਸੀਂ ਚਰਚ ਨਾਲ ਤਾਂ ਤੁਹਾਨੂੰ ਓਕੇ ਸੀਗਾ ਜਾਣਾ ਇਹਨਾਂ ਦਾ? ਨਹੀਂ ਜੀ। ਤੁਹਾਨੂੰ ਪ੍ਰੋਬਲਮ ਸੀਗੀ? ਕੀ ਪ੍ਰੋਬਲਮ ਸੀ ਮਾੜਾ ਦੱਸੋ, ਬਹਿ ਜਾਓ ਸਾਰਿਆਂ ਨੇ। ਮੈਂ ਜਦੋਂ ਮਤਲਬ ਇਹ ਸੰਡੇ ਨੂੰ ਜਾਂਦੇ ਹੁੰਦੇ ਸੀ, ਹਾਂਜੀ, ਤੇ ਮੈਂ ਚੋਰੀ ਜਾਂਦੇ ਸੀ, ਦੱਸ ਕੇ ਜਾਂਦੇ ਤੁਹਾਡੇ ਸਾਹਮਣੇ ਚੋਰੀ ਜਾਂਦੇ? ਅੱਛਾ, ਚੋਰੀ ਜਾ, ਇਹ ਫੋਨ ਬੰਦ ਕਰ ਲੈਂਦੇ ਸੀ। ਉਹਨਾਂ ਨੂੰ ਪਤਾ, ਇਹਨਾਂ ਪਤਾ ਵੀ ਡੈਡੀ ਨੇ ਸਾਨੂੰ ਮਾੜਾ ਚੰਗਾ ਬੋਲਣਾ, ਮੈਂ ਫੋਨ ਹੀ ਬੰਦ ਕਰ ਦੋ। ਆਪ ਮੁਝੇ ਬਤਾਓ, ਆਪਕੇ ਲਈ ਇਹ ਨੋਰਮਲ ਹੈ? ਇਹ ਹੁਣ ਤੁਹਾਨੂੰ ਕਹਿੰਦੇ ਨਹੀਂ ਕੁਛ ਆਉਣ ਤੋਂ? ਨਹੀਂ ਜੀ, ਨੋਰਮਲ ਪ੍ਰਭੂ ਵੱਲੋਂ ਹੀ ਆ ਸਾਰਾ, ਹੌਲੀ ਹੌਲੀ ਜਦੋਂ ਮੈਰਿਜ ਤੋਂ ਬਾਅਦ। ਸੋ ਇਹਨਾਂ ਦਾ, ਤੁਸੀਂ ਦੱਸੋ ਤੁਹਾਨੂੰ ਹੈਰਾਨੀ ਨਹੀਂ ਹੁੰਦੀ? ਹਾਂਜੀ, ਬਸ ਵੀ ਬਹੁਤ ਹੈਰਾਨੀ ਹੁੰਦੀ ਹੈ ਕਿ ਜਿੱਦਾਂ ਪਰਮੇਸ਼ਵਰ ਨੇ ਇਹਨਾਂ ਦੇ ਮਨ ਨੂੰ ਬਦਲ ਲਿਆ, ਚੇਂਜ ਕੀਤਾ। ਪਹਿਲਾਂ ਬਹੁਤ ਜ਼ਿਆਦਾ ਅਗੇਂਸਟ ਸੀਗੇ ਸਾਡੇ, ਬਿਲਕੁਲ ਨਹੀਂ ਜਾਣ ਦਿੰਦੇ, ਅਤੇ ਮੈਂ ਹਮੇਸ਼ਾ ਝੂਠ ਬੋਲ ਕੇ ਹੀ ਲਾਈਕ ਚਰਚ ਜਾਣਾ, ਅਤੇ ਕਿ ਆਪਾਂ ਕਿਤੇ ਹੋਰ ਚੱਲੇ। ਮੰਮਾ ਨੇ ਵੀ ਇੱਦਾਂ ਹੀ ਹਮੇਸ਼ਾ, ਅਸੀਂ ਫੋਨ ਨਹੀਂ ਕਦੀ ਚੁੱਕਣਾ, ਸਾਡੇ ਲਈ ਬਹੁਤ ਵੱਡੀ ਗੱਲ ਆ ਕਿ ਹੁਣ ਇਹ ਪਰਮੇਸ਼ਵਰ ਨੇ ਇਹਨਾਂ ਨੂੰ ਬਦਲਿਆ, ਅਤੇ ਖੁਦ ਵੀ ਚਰਚ ਆ ਰਿਹਾ, ਅਤੇ ਸਾਡੀ ਵੀ ਇਹਨਾਂ ਨੇ ਜਿਹੜਾ ਵਿਰੋਧ ਕਰਦੇ ਸੀ ਬੰਦ ਕਰਤਾ। ਹਾਲੇਲੂਇਆ। ਆਪ ਇਹ ਦੇਖੋ, ਚਰਚ ਵੀ ਆ ਰਹੇ ਹੈ ਔਰ ਯਿਸੂ ਮਸੀਹ ਦੀ ਆਸ਼ੀਆਂ ਵੀ ਲੈ ਰਹੇ ਹੈ, ਉਹ ਤੋਂ ਬਰਕਤਾਂ ਵੀ ਲੈ ਜਾਂਦੇ ਹੁਣ ਜਿਹਦੀ ਖਿਲਾਫਤ ਕਰਦੇ। ਉਹ ਕਹਿੰਦੇ ਨਾਰਾਜ਼ੀ ਤਾਂ ਤੁਹਾਨੂੰ ਗੁੱਸਾ ਤਾਂ ਨਹੀਂ ਕਰੂਗੇ? ਕੋਈ ਨਹੀਂ, ਫਿਰ ਆਪਾਂ ਹੋਰ ਕਰ ਦਿਓ ਥੋੜ੍ਹਾ ਜਿਹਾ, ਨਹੀਂ ਮਜ਼ਾਕ ਕਰ ਰਿਹਾ। ਓਕੇ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਇਸ ਗੱਲ ਤੋਂ ਬਾਅਦ? ਮੈਂ ਤਾਂ ਇਹ ਕਹਿੰਦਾ ਬਸ ਅੜੇ 'ਤੇ ਖੜੇ ਰੱਖੋ, ਇੱਕ ਦਿਨ ਤਾਂ ਧਮਾਲਾ ਪੈਣਗੇ। ਹਾਲੇਲੂਇਆ।